सारा कबूतर बाहर आए वदन, क्यों हो गया है? वैसे कुछ है तो कोई ना। नाग 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 बेच सारे कबूतर नाग चले क्यों गया है? बेच पहन बेच नाग भी है सारे कबूतर उड़ गया है। ओ पिया पिया ओ बेच नाग भी है कबूतर सारे बाहर गए सारे कबूतर डर के बाहर भाग गए बेच नाग भी है नाग अगली चौंड नहीं उस लुका पी है होनी भाया कुछ बढ़ जाए छोटे बिच जान आप लड़ जा सी दिन बिच वाले तो कोई कबूतर सारे खा जा सी जल्दी आ जल्दी आ हुणे आ जल्दी कर यार मोबाइल लै ते हुणे आ ना जोगी नूं फोन कर मंसूर भाई क्या हाल है यार खुद नाग वाड़ गई है यार जड़ा ना कबूतर कबूतर सारे डर से बैर बज गए देखो ना सारे कबूतर उड़ते डर डर गए डर गए बैठे तुस मेहरबानी करो हुणे आओ जी हाँ हाँ हुणे हुणे आखो तो छोड़ तुम गलद चाह वे इधर है वे हम भैन चलो छोर हम पिए मैं गलदा तो लै आम जगह यार चौक दे आ जाओ छोर जो है पिए तुम इतों लै लेंद हाँ हाँ यार बला ना गे पिया खुडे कबूतर खुडे वड़ा पिया तो जड़ा ना वो कबूतर जड़ा डर तो सारे बैर बज गए वो इन समय उन्हें वड़ना ही कोई नहीं खुडे चौके जो तेन लवन आस्ते ठीक है मैं गलदा पिया आ ये अमदा पिए हुणे आ जा लाया है हुणे हुणे चल ठीक है अगली ਵਿੱਚ ਕਿਵੇਂ ਵੜਾ ਹੀ ਨਹੀਂ ਜਾਂਦਾ ਤੇ ਇਥੋਂ ਨਾਲ ਬੈਲਾ ਨਾਲ ਤਾਂ ਗੱਲ ਸੁਣੋ ਮੇਰੀ ਤੁਸੀਂ ਹੁਣ ਕੀ ਵਿੱਚ ਵੜਨਾ ਹੈ ਤੇ ਤੁਸੀਂ ਕੀ ਕਰਨਾ ਹੈ ਜੀ ਵੜਨ ਵਾਲੇ ਉਹ ਤਾਂ ਪਹਿਲੇ ਵੜਤੇ ਮਾਰ ਲਿਆ ਮੈਂ ਬੰਮੇ ਵਿੱਚ ਵੜਾਂ ਬੰਮੇ ਜਿਵੇਂ ਵੀ ਕਰਾਂ ਜੀ ਮੈਂ ਨਾਲ ਫਸ ਜੀ ਬਾਕੀ 2000 ਰੁਪਈਆ ਲੈ ਸੀ ਠੀਕ ਹੈ ਇਹ ਨਹੀਂ ਹੋਵੇ ਜੋ ਬਾਅਦ ਵਿੱਚ ਹੁਣ ਪੈਸੇ ਵੀ ਉੱਤਰ ਗੱਲ ਸੁਣੋ ਨਾ ਮੇਰੀ ਮੈਂ ਵਿੱਚ ਵੜਤੇ ਸੱਤ ਹੁਣ ਰੋਲ ਮੁਕਾਲ ਤੇ ਬਾਅਦ ਵਿੱਚ ਤੂੰ ਆਕੇ ਨਹੀਂ ਬਾਈ ਜਾ ਹੁਣ ਨਾਂ ਤਾਂ ਫਤੀ ਗਿਆ ਤਾਂ ਮੈਂ ਕੁਝ ਨਹੀਂ ਦੇਣਾ ਪੈਸੇ ਮੈਂ 2000 ਰੁਪਈਆ ਲੈ ਲੈ ਸਾਂ ਠੀਕ ਹੋ ਗਿਆ ਬਵੇਂ ਵਿੱਚ ਵੜਤੇ ਫੱਦਾਂ ਤੇ ਬਵੇਂ ਇਥਾਈ ਫੱਦ ਠੀਕ ਹੋ ਗਿਆ ਉਹ ਮੇਰਾ ਕੰਮ 2000 ਰੁਪਏ ਤੁਹਾਨੂੰ ਮਿਲ ਜਾਏ ਬਸ ਤੇ 2000 ਦਾ ਇੱਕ ਕਬੂਤਰ ਅਗਰ ਖਾਜ ਵੀ ਆ ਤਾਂ ਫਿਰ ਉਹ ਤਾਂ ਤੁਹਾਨੂੰ ਪਤਾ ਤੁਹਾਡੀ ਸ਼ੌਕ ਕਿੰਨੀ ਮੰਗੀ ਹੈ ਕੀ ਹੋਇਆ ਕਬੂਤਰ ਵੀ ਯਾਰ ਇਹ ਨਾਗ ਵੜ ਗਈ ਹੈ ਕਬੂਤਰ ਖਾਣ ਲੱਗ ਗਈ ਹੈ ਹਾਲੇ ਮਤਲਬ ਬਾਜੀ ਹਨ ਕਬੂਤਰ ਡਰ ਤੇ ਸਾਰੇ ਮਹਿਰ ਬਾਜ ਗਏ ਪਿਛਾ ਹੋ ਜਾਓ ਤੁਸੀਂ ਫੜ ਦੋ
ਦੱਸ ਦੱਸ ਕੜੇ ਮਨ ਕੜੇ ਮਨ ਕੜੇ ਮਨ ਕੜੇ ਮਨ ਕੜੇ ਮਨ ਕੜੇ ਮਨ ਤੈਨੂੰ ਕਸਮ ਹੈ ਗੁੱਗੇ ਪੀਰ ਚੌਹਾਨ ਦੀ ਬਸ ਤੈਨੂੰ ਲਵੇ ਤੈਨੂੰ ਗੁੱਗਾ ਪੀਰ ਚੌਹਾਨ ਹੈ ਤੇਰੀ ਤੇਰੀ ਬਸ ਡੰਗ ਨਾ ਮਾਰ ਕੁਰਲੀ ਨਾ ਸੱਟ ਜੱਗ ਨਾ ਸੱਟ ਤੈਨੂੰ ਵਾਸਤਾ ਹੈ ਗੁੱਗੇ ਪੀਰ ਚੌਹਾਨ ਦਾ ਬੱਚਾ ਚੁੱਪ ਕਰਤੇ ਮੂੰਹ ਬੰਦ ਕਰ ਅਬ ਤੇਰੀ ਖੈਰ ਹੋਵੇ ਬਸ ਉਹ ਬਸ ਨਾ ਮਾਰ ਕੁਰਲੀਆਂ ਨਾ ਸੱਟ ਜੱਗ ਬਸ ਬਸ ਮਨ ਜਾ ਕੜੇ ਮਨ ਜਾ ਕੜੇ ਮਨ ਜਾ ਤੈਨੂੰ ਕਸਮ ਹੈ ਗੁੱਗੇ ਪੀਰ ਚੌਹਾਨ ਦੀ ਡੰਗ ਨਾ ਮਾਰੀ ਕੁਰਲੀ ਨਾ ਸੱਟੀ ਬਸ 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 ਪਚਕੀਰੀਆਂ ਕਿਉਂ ਮਾਰਦਾ ਪਿਆ ਬਸ ਲੈ ਪੁੱਤਰ ਹੁਣ ਮੈਂ ਸੱਪ ਨੂੰ ਕੱਢਦਾ ਪਿਆ ਬਾਹਰ ਜੀ ਲਿਆ ਮੈਂ ਫੱਦ ਜੀ ਜੀ ਠੀਕ ਹੈ ਨਾ ਤੇ ਤੁਹਾਨੂੰ ਪਤਾ ਹੈ ਕਿਤਨੀ ਮਿਹਨਤ ਹੋਈ ਹੈ ਬਿਲਕੁਲ ਹਾਂ ਦੱਸ ਕੜੇ ਮਨ ਜਾ ਕੜੇ ਮਨ ਜਾ ਗੁੱਗੇ ਪੀਰ ਚੁੱਕਣ ਦੇ ਡੰਗ ਨਾ ਮਾਰ ਨਾ ਸੱਤ ਠੱਗ ਨਾ ਸੱਤ ਚੁੱਕ ਬਸ ਪੇਸ਼ਾ ਹੋ ਜਾਵਣਾ ਹੁਣ ਤੁਸੀਂ ਪਿੱਛੇ ਪਿੱਛੇ ਬੀਨ ਫੱਦ ਲਓ ਨਾਂ ਤਾਂ ਹੁਣ ਗਿਆ ਬੰਦਾ ਸਹੀ ਬਏ ਨਾਂ ਕਿਹੜਾ ਬਾਈ ਹੁਣ ਵਖਾਵਣ ਵਾਲੀ ਗੱਲ ਕਿਹੜੀ ਬਾਈ ਕਿਸੇ ਛਾਂ ਚ ਤਾਂ ਚੱਲ ਬਸ ਬਸ ਨੀ ਆ ਬਸ ਵੇਖ ਨਾ ਹੁਣ ਛੱਥਾ ਕਿਉਂ ਪਿਆ ਇਹ ਸਿਰਫ ਭੁੱਖ ਆਈ ਅੱਗੇ ਇਸ ਨੂੰ ਬੱਚੇ ਨਹੀਂ ਲੱਭੇ ਕਬੂਤਰ ਤਾਂ ਆਉਣ ਵੱਡੇ ਆਂਡੇ ਤਾਂ ਵਿੱਚ ਹਿੰਦ ਕੋਈ ਨਹੀਂ ਆਉਣ ਮੈਂ ਵਿੱਚ ਵੜਿਆ ਨਾ ਬੱਚੇ ਆਉਣ ਅਗਰ ਜੇ ਕੋਈ ਬੱਚਾ ਜਾਂਦੇ ਉਹਨਾਂ ਤੇ ਖਾ ਜਾਵੇ ਆ ਲੇਕਿਨ ਤਾਂ ਹੀ ਤਾਂ ਛੱਥਾ ਪਿਆ ਕਬੂਤਰ ਤਾਂ ਵੱਡੇ ਆਉਣ ਨਿਕਲ ਗਏ ਨਾ ਬਾਹਰ ਜੇ ਕੋਈ ਕੱਟ ਕਬੂਤਰ ਹੋਵੇ ਤਾਂ ਵੀ ਇਹ ਫੜ ਲਵੇ ਬਾਹਰ ਨਿਕਲ ਗਏ ਇਹ ਉਹ ਤਾਂ ਫਾਇਦਾ ਹੋਇਆ ਕਬੂਤਰਾਂ ਨੂੰ ਜੋ ਪਰ ਇਹਨਾਂ ਦੇ ਤੁਸੀਂ ਕੱਟੇ ਹੋਏ ਕੋਈ ਨਹੀਂ ਲੈ ਸਾਈ ਹੁਣ ਦੇ ਪੈਸੇ ਮੈਨੂੰ ਠੀਕ ਹੈ ਚੰਗਾ ਠੀਕ ਹੈ ਬੜੀ ਮਿਹਰਬਾਨੀ ਚੰਗਾ